ਸੜਕ ਤੋਂ ਆਪਣੇ ਆਪ ਰਿਪੇਅਰ ਕਰ, ਠੀਕ ਹੈ ਨਾ। ਇਲਾਕੇ ਸਾਰਿਆਂ ਨੇ ਪੈਸੇ ਇਕੱਠੇ ਕਰਦੇ ਅਤੇ ਅੱਜ ਉਹਦੇ 'ਤੇ ਲੁੱਕ ਪਾਉਣੀ ਚਾਲੂ ਕਰ ਰਹੇ ਹਾਂ। ਸੜਕ 'ਤੇ ਪੈ ਰਹੀ ਲੁੱਕ ਅਤੇ ਲੋਕਾਂ ਦਾ ਇਕੱਠ, ਨਾ ਤਾਂ ਇਹ ਕਿਸੇ ਸੜਕ ਦਾ ਉਦਘਾਟਨ ਹੋ ਰਿਹਾ ਹੈ ਤੇ ਨਾ ਹੀ ਕੋਈ ਵਿਕਾਸ ਕਾਰਜ, ਬਲਕਿ ਇੱਥੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਵਿਧਾਇਕ ਤੇ ਹਲਕਾ ਇੰਚਾਰਜ ਆਮੋ ਸਾਹਮਣੇ ਹੋ ਗਏ ਨੇ, ਉਹ ਵੀ ਇੱਕ ਸੜਕ ਤੇ ਕੀਤੇ ਜਾ ਰਹੇ ਪੈਚ ਵਰਕ ਨੂੰ ਲੈ ਕੇ। ਜੀ ਹਾਂ, ਦੱਸ ਦਈਏ ਕਿ ਇੱਥੇ ਆਜ਼ਾਦ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਦੋਨਾਂ ਦੇ ਵਿਚਾਲੇ ਬਹਿਸ ਛਿੜ ਗਈ। ਸੜਕ ਤੇ ਪੈਚ ਵਰਕ ਚੱਲ ਰਿਹਾ ਹੈ, ਜਿਸ ਨੂੰ ਇੱਕ ਪਾਸੇ ਤਾਂ ਸਿਆਸੀ ਸਟੰਟ ਕਿਹਾ ਜਾ ਰਿਹਾ ਹੈ ਤੇ ਦੂਜੇ ਪਾਸੇ ਸਰਕਾਰੀ ਦਬਾਅ ਹੋਣ ਦੀ ਗੱਲ ਆਖੀ ਜਾ ਰਹੀ ਹੈ। ਹਲਕਾ ਇੰਚਾਰਜ ਦਾ ਕਹਿਣਾ ਹੈ ਕਿ ਸੜਕ ਦਾ ਟੈਂਡਰ ਪਾਸ ਹੋ ਚੁੱਕਿਆ ਹੈ, ਮੁਰੰਮਤ ਦਾ ਕੰਮ ਸ਼ੁਰੂ ਹੋਣਾ ਸੀ ਪਰ ਉਸ ਤੋਂ ਪਹਿਲਾਂ ਹੀ ਚੋਣ ਜ਼ਾਬਤਾ ਲੱਗ ਚੁੱਕਿਆ ਹੈ, ਜਿਸ ਕਰਕੇ ਅਜੇ ਇਹ ਕੰਮ ਨਹੀਂ ਕੀਤਾ ਜਾ ਸਕਦਾ। ਇਲੈਕਸ਼ਨ ਤੋਂ ਬਾਅਦ ਇਹ ਕੰਮ ਪੂਰਾ ਕਰ ਦਿੱਤਾ ਜਾਏਗਾ। ਦੂਜੇ ਪਾਸੇ ਆਜ਼ਾਦ ਵਿਧਾਇਕ ਦਾ ਕਹਿਣਾ ਆ ਕਿ ਉਹਨਾਂ ਦੇ ਵੱਲੋਂ ਲੋਕਾਂ ਨਾਲ ਮਿਲ ਕੇ ਇਸ ਕੰਮ ਨੂੰ ਸ਼ੁਰੂ ਕੀਤਾ ਗਿਆ ਹੈ। ਲੋਕਾਂ ਨੇ ਖੁਦ ਚੰਦਾ ਇਕੱਠਾ ਕਰਕੇ ਇਸ ਸੜਕ ਦੀ ਮੁਰੰਮਤ ਕਰਵਾਉਣੀ ਸ਼ੁਰੂ ਕੀਤੀ ਹੈ, ਜਿਸ ਨੂੰ ਉਹ ਰੋਕ ਨਹੀਂ ਸਕਦੇ। ਵਿਕਾਸ ਕਾਰਜ ਨਾ ਹੋਣ ਨੂੰ ਲੈ ਕੇ ਤਾਂ ਰੌਲਾ ਪੈਂਦਾ ਹੀ ਸੀ, ਪਰ ਇੱਥੇ ਸੜਕ ਦੀ ਮੁਰੰਮਤ ਤੇ ਪੈਚ ਵਰਕ ਨੂੰ ਲੈ ਕੇ ਹੀ ਰੌਲਾ ਪੈ ਗਿਆ ਹੈ ਕਿ ਆਖਿਰ ਇਹ ਕੰਮ ਕਿਉਂ ਹੋ ਰਿਹਾ ਹੈ। ਦੱਸ ਦੇ ਕਿ ਸੁਲਤਾਨਪੁਰ ਲੋਧੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੇ ਵੱਲੋਂ ਸੜਕ ਦੀ ਮੁਰੰਮਤ ਦਾ ਕੰਮ ਇਹ ਕਹਿ ਕੇ ਸ਼ੁਰੂ ਕਰਵਾਇਆ ਗਿਆ ਹੈ ਕਿ ਇਹ ਸਭ ਇਲਾਕੇ ਦੇ ਲੋਕਾਂ ਨੇ ਚੰਦਾ ਇਕੱਠਾ ਕਰਕੇ ਸ਼ੁਰੂ ਕਰਾਇਆ ਹੈ। ਦੂਜੇ ਪਾਸੇ ਹਲਕਾ ਇੰਚਾਰਜ ਸੱਜਣ ਚੀਮਾ ਦਾ ਕਹਿਣਾ ਆ ਕਿ ਇਲੈਕਸ਼ਨ ਦੇ ਕਾਰਨ ਉਹ ਇਹ ਕੰਮ ਨਹੀਂ ਕਰਵਾ ਸਕੇ ਸਨ, ਜਦਕਿ ਪਹਿਲਾਂ ਹੀ ਕਿਹਾ ਗਿਆ ਹੈ ਕਿ ਟੈਂਡਰ ਪਾਸ ਹੋ ਚੁੱਕਿਆ ਹੈ, ਚੋਣ ਜ਼ਾਬਤਾ ਲੱਗਿਆ, ਜਿਸ ਕਰਕੇ ਸੜਕ ਦਾ ਕੰਮ ਰੁਕਿਆ ਪਿਆ ਹੈ। ਵੋਟਾਂ ਪੈਂਦਿਆਂ ਹੀ ਇਹ ਕੰਮ ਵੀ ਮੁਕੰਮਲ ਕਰਵਾ ਲਿਆ ਜਾਏਗਾ। ਉਹਨਾਂ ਦੇ ਵੱਲੋਂ ਇਸ ਨੂੰ ਇੱਕ ਸਿਆਸੀ ਸਟੰਟ ਕਰਾਰ ਦਿੱਤਾ ਗਿਆ ਹੈ, ਕਿਉਂਕਿ ਲੋਕ ਸਭਾ ਚੋਣਾਂ ਦੇ ਵਿਚਾਲੇ ਅਕਸਰ ਹੀ ਰਾਜਨੀਤਿਕ ਆਗੂ ਅਜਿਹੇ ਕੰਮ ਕਰਦੇ ਨੇ। ਹੁਣ ਇਹ ਦੋਨੋਂ ਹੀ ਆਪਸ ਵਿੱਚ ਬਹਿਸ ਰਹੇ ਨੇ ਤੇ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ। ਹਲਕਾ ਇੰਚਾਰਜ ਇਸ ਨੂੰ ਸਿਆਸੀ ਸਟੰਟ ਕਹਿ ਰਹੇ ਨੇ ਤਾਂ ਦੂਜੇ ਪਾਸੇ ਆਜ਼ਾਦ ਵਿਧਾਇਕ ਇਹ ਕਹਿ ਰਹੇ ਨੇ ਕਿ ਕੰਮ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਆਏ ਦਿਨ ਇਸ ਸੜਕ ਤੇ ਹਾਦਸੇ ਹੁੰਦੇ ਨੇ, ਪਰ ਕਿਸੇ ਦਾ ਵੀ ਇਸ ਸੜਕ ਵੱਲ ਧਿਆਨ ਨਹੀਂ ਸੀ, ਇਸ ਲਈ ਉਹਨਾਂ ਦੇ ਵੱਲੋਂ ਖੁਦ ਇੱਥੇ ਚੰਦਾ ਇਕੱਠਾ ਕਰਕੇ ਸੜਕ ਤੇ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇੱਥੇ ਸਿਰਫ ਬਹਿਸ ਨਹੀਂ ਹੋਈ ਹੈ, ਬਲਕਿ ਇਹ ਦੋਵੇਂ ਇੱਕ ਦੂਜੇ ਨੂੰ ਚੈਲੰਜ ਕਰਦੇ ਨਜ਼ਰ ਆਏ ਨੇ। ਵਿਧਾਇਕ ਦਾ ਕਹਿਣਾ ਹੈ ਕਿ ਜੇਕਰ ਕੋਈ ਸਾਬਿਤ ਕਰ ਦਿੰਦਾ ਆ ਕਿ ਕੰਮ ਵਿੱਚ ਉਹਨਾਂ ਦੇ ਵੱਲੋਂ ਕੋਈ ਵਿਘਨ ਪਾਇਆ ਗਿਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਹੁਣ ਇਹ ਕੰਮ ਤਾਂ ਲੋਕਾਂ ਨੇ ਸ਼ੁਰੂ ਕਰਵਾਇਆ ਕਿਹਾ ਇਹੀ ਜਾ ਰਿਹਾ ਹੈ, ਪਰ ਇਹ ਵਿਧਾਇਕ ਤੇ ਹਲਕਾ ਇੰਚਾਰਜ ਆਪਸ ਵਿੱਚ ਹੀ ਉਲਝ ਰਹੇ ਨੇ, ਜਿਨ੍ਹਾਂ ਦੇ ਮਸਲੇ ਦਾ ਹੱਲ ਅਜੇ ਤੱਕ ਨਹੀਂ ਨਿਕਲਿਆ। ਇੱਕ ਪਾਸੇ ਝੂਠ, ਫਰੇਬ, ਬੇਈਮਾਨੀ, ਧੋਖਾਗੜੀ, ਇਹੋ ਜਿਹੀ ਰਾਜਨੀਤੀ ਹੈ, ਤੇ ਦੂਜੇ ਪਾਸੇ ਜਿਹੜੀ ਹੈ ਸਿਆਸਤ, ਜਿਹੜੀ ਹੈ ਸਾਫ ਸੁਥਰੀ ਸਿਆਸਤ, ਸਪਸ਼ਟ ਜਿਹੜੀ ਹੈ ਸਿਆਸਤ, ਉਹ ਹੈ। ਇਹ ਜਿਹੜਾ ਫੋਰ ਲੇਨਿੰਗ ਦਾ ਕੰਮ ਜਿਹੜਾ ਉਹ ਚੱਲ ਰਿਹਾ, ਪਰ ਇਹਦੇ ਵਿੱਚ ਇੱਕ ਇਹ ਹੁੰਦਾ ਕਿ ਲੋਕਾਂ ਨੂੰ ਤਕਲੀਫ ਸੀਗੀ, ਇਹਦੇ ਫਰਵਰੀ 'ਚ ਟੈਂਡਰ ਹੋ ਚੁੱਕੇ ਨੇ, ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ, ਉਸ ਵੇਲੇ ਮੈਂ ਅਪਰੋਚ ਕਰਕੇ ਅਤੇ ਮੈਂ ਕਿਹਾ ਸੀਗਾ ਕਿ ਇਹਨੂੰ ਐਮਰਜੈਂਸੀ ਵਰਕ ਕਰਕੇ ਅਤੇ ਇਹਨੂੰ ਰਿਪੇਅਰ ਕਰ ਦਿੱਤਾ ਜਾਵੇ, ਅਤੇ ਉਹਦੇ ਟੈਂਡਰ ਵੀ ਪਾਸ ਹੋ ਗਏ ਨੇ, ਇਹ ਕੰਮ ਹੋਣਾ ਸੀਗਾ। ਅਤੇ ਪਰ ਇਹ ਤੁਹਾਨੂੰ ਪਤਾ ਹੀ ਹੈ ਕਿ ਇਹ ਸਿਆਸੀ ਪਰਿਵਾਰ ਹੈ, ਸਿਆਸੀ ਲਾਹੇ ਲੈਣ ਲਈ ਇਹ ਪਰਿਵਾਰ ਜਿਹੜਾ ਇਹ ਮਸ਼ਹੂਰ ਹੈ,
ਸੋ ਇਸ ਕਰਕੇ ਜੋ ਇਹ ਕਹਿ ਰਿਹਾ ਤੇ ਮੈਂ ਸਮਝ ਨਹੀਂ ਮੈਨੂੰ ਆਉਂਦੀ ਮੈਂ ਕਿਸ ਕਰਕੇ ਰੁਕਾਵਟ ਪਾਵਾਂਗੀ। ਕੋਈ ਬੰਦਾ ਇੱਕ ਕਹਿ ਦੇ, ਕੋਈ ਅਫਸਰ ਕਹਿ ਦੇ ਕਿ ਮੈਂ ਰੁਕਾਵਟ ਪਾਈ ਹੈ, ਮੈਂ ਉੱਥੇ ਗਿਆ ਵਾਂ, ਬੰਦਾ ਭੇਜਿਆ, ਕੋਈ ਗੱਲ ਕੀਤੀ ਹੈ। ਔਰ ਜਿਹੜੇ ਬੰਦੇ ਮੈਨੂੰ ਲਿੰਕ ਭੇਜਿਆ, ਮੈਂ ਸੁਣ ਰਿਹਾ ਸੀਗਾ, ਉਹ ਲਾਈਵ ਹੋਏ ਨੇ ਬੰਦੇ, ਉਹਦੇ ਪਿੱਛੇ ਬੰਦੇ ਕਹਿ ਰਹੇ ਨੇ ਕਿ ਰਾਣਾ ਜੀ ਦਾ ਨਾਂ ਲਓ, ਰਾਣਾ ਜੀ ਦਾ ਨਾਂ ਲਓ। ਸੋ ਇਹੋ ਜਿਹੀਆਂ ਚੂੰ ਚਲਾਕੀਆਂ ਸਾਨੂੰ ਨਹੀਂ ਆਉਂਦੀਆਂ। ਇਸ ਸਿਰਫ ਤੇ ਸਿਰਫ ਹੁਣ ਜਦੋਂ ਇਲੈਕਸ਼ਨ ਆ ਗਈ ਹੈ ਤੇ ਇਹਨੂੰ ਯਾਦ ਆ ਗਿਆ ਕਿ ਕਿਸ ਤਰ੍ਹਾਂ ਦਾ ਇਹ ਜਿਹੜੀ ਹੈ ਹੁਣ ਕੱਲ੍ਹ ਨੂੰ ਲੋਕਾਂ 'ਚ ਜਾਣਾ ਤੇ ਜਿਹੜੇ ਵਾਅਦੇ ਕੀਤੇ ਸੀਗੇ ਕਿ ਮੈਂ ਇੱਥੇ PGI ਤੋਂ ਡਾਕਟਰ ਲੈ ਕੇ ਆਊਂਗਾ, 5-5 ਮਰਲੇ ਦੇ ਪਲਾਟ ਲੋਕਾਂ ਨਾਲ ਵਾਅਦੇ ਕੀਤੇ ਸੀਗੇ ਤੇ ਉਹ ਸਾਰੇ ਜਿਹੜੇ ਨੇ ਕਦੇ ਉਹਨਾਂ ਵੱਲ ਤੇ ਕਦੇ ਹੋ ਹੀ ਨਹੀਂ ਸਕਦਾ। ਤੇ ਦੇਖੋ ਦੂਸਰੀ ਹੈਰਾਨਗੀ ਦੀ ਗੱਲ, ਇੱਕ ਪਾਸੇ ਤੁਸੀਂ ਆਪਣੀ ਪ੍ਰੈਸ ਕਾਨਫਰੰਸ ਦੀਆਂ ਪੁਰਾਣੀਆਂ ਪ੍ਰੈਸ ਕਾਨਫਰੰਸ ਦੀਆਂ ਜਿਹੜੀਆਂ ਫੁਟੇਜ ਉਹ ਕਢਾ ਲਵੋ ਤੁਸੀਂ, ਉਹਦੇ ਵਿੱਚ ਇਹ ਬੰਦਾ ਕਹਿ ਰਿਹਾ ਜੀ ਮੈਂ 4-lane ਸਾਈਕਲ ਸੜਕ ਬਣਵਾ ਦੇਣੀ ਹੈ ਡਡਵਿੰਡੀ ਤੱਕ, ਔਰ ਡਡਵਿੰਡੀ ਤੋਂ ਲੈ ਕੇ ਕਪੂਰਥਲੇ ਤੱਕ ਮੈਂ ਸਟੇਡੀਅਮ ਬੜਾ ਵੱਡਾ ਇੰਟਰਨੈਸ਼ਨਲ ਲੈਵਲ ਦਾ ਬਣਾ ਦੇਣਾ, ਮੈਂ ਸੀਵਰੇਜ ਦਾ ਕੰਮ ਕਰਾ ਦੇਣਾ, ਮੈਂ ਫਲਾਣਾ ਕਰਾ ਦੇਣਾ, ਮੈਂ ਉਹ ਕਰਾ ਦੇਣਾ। ਅਤੇ ਦੂਜੇ ਪਾਸੇ ਇਹ ਕਹਿ ਰਹੇ ਨੇ ਵੀ ਸਰਕਾਰ ਦੇ ਕੰਨ 'ਚ ਜੂੰ ਨਹੀਂ ਸਰਕੀ, ਸਰਕਾਰ ਜਿਹੜੀ ਹੈ ਕੰਮ ਨਹੀਂ ਕਰਾ ਰਹੀ ਹੈ, ਇਸ ਕਰਕੇ ਰਾਣਾ ਸਾਹਿਬ ਆਪਣੇ ਕੋਲੋਂ ਕਰਾ ਰਹੇ। ਸੋ ਇਹਨਾਂ ਇਲੈਕਸ਼ਨ ਲੜਨੀ ਹੈ, ਇਹਨਾਂ ਨੂੰ ਬੌਂਦਲੇ ਪਏ ਆ, ਲੋਕ ਮੂੰਹ ਨਹੀਂ ਲਾਉਂਦੇ, ਲੋਕ ਜਿਹੜੇ ਨੇ ਹੁਣ ਇਹ ਸਮਝ ਗਏ ਨੇ ਇਹਨਾਂ ਦੀਆਂ ਚੂੰ ਚਲਾਕੀਆਂ, ਕਿਉਂਕਿ ਜੋ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਧਾਂਦਲੀਆਂ ਕੀਤੀਆਂ, 1500-1500 ਰੁਪਈਆ ਵੱਡਿਆਂ ਬੰਦਿਆਂ ਨੂੰ, ਪਤਾ ਨਹੀਂ ਕਿੰਨਿਆਂ ਨੂੰ ਲੱਖਾਂ ਰੁਪਈਏ ਵੰਡ ਕੇ, ਨਸ਼ੇ ਵੰਡ ਕੇ, ਚਿੱਟਾ ਗੋਲੀਆਂ ਗੰਦੀ ਸ਼ਰਾਬ ਵੰਡ ਕੇ ਇਲੈਕਸ਼ਨ ਜਿੱਤੀ ਨਹੀਂ, ਇਲੈਕਸ਼ਨ ਲੁੱਟੀ ਸੀਗੀ। ਔਰ ਦੂਸਰਾ ਇਹਨਾਂ ਦਾ ਕਿਰਦਾਰ ਜਿਹੜਾ, ਮੈਂ ਪਰਸੋਂ ਚੌਥੇ ਦਾ ਬਿਆਨ ਸੁਣ ਰਿਹਾ ਸੀਗਾ, ਲੋਕਾਂ ਨਾਲ ਵਾਅਦਾ ਕਰ ਰਿਹਾ ਕਿ ਜੇ ਮੈਂ ਪਾਰਲੀਮੈਂਟ ਇਲੈਕਸ਼ਨ ਲੜਿਆ ਅਤੇ ਇੱਥੋਂ ਗਿਆ ਤਾਂ ਮੇਰੇ ਪਰਿਵਾਰ ਦਾ ਬੰਦਾ ਹੀ ਇੱਥੋਂ ਲੜੂਗਾ। ਕੀ ਗੱਲ, ਹੋਰ ਸਾਰੇ ਕਿੱਥੇ ਚਲੇ ਗਏ ਨੇ? ਕੋਈ ਬੰਦਾ ਹੀ ਹੈ ਨਹੀਂ ਹੈ ਸੁਲਤਾਨਪੁਰ ਹਲਕੇ ਦੇ ਵਿੱਚ, ਇਹਦੇ ਪਰਿਵਾਰ ਦੇ ਹੀ ਆਉਣਗੇ? ਹੈਂ, ਇਹਨਾਂ ਦੇ ਪਰਿਵਾਰ ਨੇ ਠੇਕਾ ਲਿਆ ਵੀ ਅਸੀਂ ਰਾਜਨੀਤੀ ਦੇ ਵਿੱਚ MLA ਚੇਅਰਮੈਨੀਆਂ ਸਾਰਾ ਕੁਝ ਸਾਨੂੰ ਹੀ ਮਿਲੇ, ਅਸੀਂ ਬਣਨਾ, MP ਬਣਨਾ, ਮਿਨਿਸਟਰ ਬਣਨਾ। ਔਰ ਦੇਖੋ ਇਹਨਾਂ ਦੇ ਹੁਣ ਜਿੱਦਾਂ ਕੋਈ ਕਿਤੇ ਭੇਜ ਦਿੰਦੇ ਨੇ, ਕੋਈ ਕਿਤੇ ਭੇਜ ਦਿੰਦੇ ਨੇ ਵੀ ਤੂੰ ਫਲਾਣੀ ਜਗ੍ਹਾ ਤੋਂ ਇਲੈਕਸ਼ਨ, ਮੈਨੂੰ ਤਾਂ ਲੱਗਦਾ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਇਲੈਕਸ਼ਨ ਉਹ ਲੜ ਸਕਦਾ, ਹੋਰ ਕੋਈ ਬੰਦਾ ਨਾ ਹੋਇਆ ਨਾ, ਇਹਨਾਂ ਦੇ ਪਰਿਵਾਰ ਦਾ ਨਾਂ ਬਚਿਆ ਅਤੇ ਉਹ 26 ਕਰੋੜੀਆ ਬਹਾਦਰ ਜਿਹੜਾ ਉਹ ਵੀ ਇੱਥੇ ਲੜ ਸਕਦਾ। ਸੋ ਇੱਦਾਂ ਦੀਆਂ ਚੂੰ ਚਲਾਕੀਆਂ ਸਾਨੂੰ ਨਹੀਂ ਆਉਂਦੀਆਂ। ਬਾਕੀ ਇੱਕ ਗੱਲ ਹੈ ਕਿ ਇਹ ਸਾਡੇ ਕੁਛ ਬੰਦੇ ਜਿਹੜੇ ਨੇ, ਕੁਛ ਆ ਜਦੋਂ ਇਲੈਕਸ਼ਨ ਆਉਂਦੀ ਹੈ ਅਤੇ ਉਹ ਥੋੜ੍ਹਾ ਜਿਹਾ ਸੋਸ਼ਲ ਮੀਡੀਆ ਦੇ ਉੱਤੇ ਕਮੈਂਟਸ ਪਾਉਣ ਲੱਗ ਜਾਂਦੇ ਨੇ, ਪੈਸੇ ਪੂਹੇ ਲੈ ਕੇ ਕਰਦੇ, ਖਰੀਦ ਲੈਂਦੇ, ਬਸ ਪੈਸੇ ਵਾਲੇ ਬੰਦੇ ਆ। ਔਰ ਪੈਸੇ ਕਿੱਦਾਂ ਕਮਾਏ ਸਾਰੀ ਦੁਨੀਆ ਨੂੰ ਪਤਾ, ਕਿੱਦਾਂ ਪੈਸੇ ਕਮਾਏ ਇਹਨਾਂ ਬੰਦਿਆਂ ਨੇ, ਅਤੇ ਇਹ ਪੈਸੇ ਵਾਲੇ ਬੰਦੇ ਆ, ਇਹ ਖਰੀਦ ਸਕਦੇ ਆ ਬੰਦਿਆਂ ਨੂੰ, ਮੇਰੇ ਖਿਲਾਫ਼ ਪ੍ਰਚਾਰ ਕਰ ਸਕਦੇ ਆ। ਦੇਖੋ ਇਹਨਾਂ ਨੇ ਮਤਾਬਗੜ੍ਹ ਬਣਾਏ, ਇਹਨਾਂ ਨੇ ਬੂਟਾਂ ਬਣਾਏ, ਇਹਨਾਂ ਨੇ ਨਵਾਂ ਭੱਠੇ ਬਣਾਏ, ਅਤੇ ਸੱਜਣ ਸਿੰਘ ਚੀਮਾ ਨੇ ਦਬੂਲੀਆਂ ਵਰਗੇ ਖੜ੍ਹੇ ਕੀਤੇ, ਪਲੇਅਰ ਪੈਦਾ ਕੀਤੇ, ਸਟੇਡੀਅਮ ਦੇ ਵਿੱਚ ਪਲੇਅਰਾਂ ਨੂੰ ਲਿਆਉਂਦੇ ਆ, ਗਰਾਊਂਡਾਂ 'ਚ ਪਲੇਅਰਾਂ ਨੂੰ ਲਿਆਉਂਦੇ ਆ। ਸੋ ਇਸ ਕਰਕੇ ਸਾਡਾ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ, ਅਤੇ ਬਾਕੀ ਪੈਸੇ ਦਾ ਕੀ ਹੈ, ਪੈਸੇ ਤਾਂ ਬੜੇ ਹੁੰਦੇ ਆ, ਕਈਆਂ ਕੁ ਹੁੰਦੇ ਆ, ਸਮਝੀ ਗਏ ਹੁਣੇ ਤੁਸੀਂ, ਪੈਸੇ ਦੀ ਕੋਈ ਅਹਿਮੀਅਤ ਨਹੀਂ, ਸਾਡੇ ਇਹਦਾ ਕੋਈ ਮੁਕਾਬਲਾ ਹੀ ਨਹੀਂ ਸਾਡੇ ਨਾਲ। ਇੱਕ ਪਾਸੇ ਗੰਦੀ ਘਟੀਆ ਸੋਚ ਹੈ, ਦੂਜੇ ਪਾਸੇ ਪੋਜੀਟਿਵ ਸੋਚ ਹੈ। ਸੋ ਇਹ ਜੋ ਬੋਲਦਾ ਬੋਲੀ ਜਾਵੇ, ਮੈਨੂੰ ਕੋਈ ਪਰਵਾਹ ਨਹੀਂ। ਔਰ ਇਹ ਸਾਬਤ ਕਰ ਦੇਵੇ ਦੋ ਗੱਲਾਂ 'ਤੇ ਮੈਂ ਗਰੰਟੀ ਲੈਂਦਾ,
ਇਹ ਸਾਬਤ ਕਰਦੇ ਮੈਂ ਰੁਕਾਵਟ ਪਾਈ ਹੈ, ਮੈਂ ਸਿਆਸਤ ਛੱਡ ਦੂੰਗਾ। ਸੱਚੇ ਮਨੁੱਖ ਇਹ ਸੱਚ ਬੋਲੇ, ਝੂਠੇ ਦੇ ਬੰਦੇ ਖੜ੍ਹੇ ਕਰ ਲੂ 500 ਏ। ਅਤੇ ਦੂਸਰੀ ਗੱਲ, ਜਿਨ੍ਹਾਂ ਕੋਲ ਇਹ ਮੇਰੇ ਖਿਲਾਫ਼ ਕਰਪਸ਼ਨ ਦੇ ਚਾਰਜ ਲਾ ਕੇ ਰੌਲਾ ਪਵਾਉਂਦਾ, ਕਰਪਸ਼ਨ ਦਾ ਇੱਕ ਪੈਸਾ ਸਾਬਤ ਕਰ ਦਿਓ, ਰਾਜਨੀਤੀ ਛੱਡ ਕੇ ਚੱਲ ਜਾਊਂਗਾ। ਮੈਨੂੰ ਇਸ ਇਲਾਕੇ 'ਚ ਲੋਕ ਜਲੀਲ ਕਰਕੇ ਕੱਢਣ 'ਚ ਇੱਕ ਪੈਸਾ ਸਾਬਤ ਕਰ ਦੇਣ। ਬਾਕੀ ਇਹਦੇ ਕੋਲ ਪਾਵਰ ਹੈ, ਤਾਕਤ ਹੈ, ਸੋਸ਼ਲ ਮੀਡੀਆ, ਪੈਸੇ ਦੇ ਕੇ ਜੋ ਮਰਜ਼ੀ ਬੱਲੇ ਬੱਲੇ ਕਰਵਾਈ ਜਾਏ, ਉਸ ਪਾਸਿਓਂ ਪੈਸੇ ਨੂੰ ਸਾਡਾ ਕੋਈ ਇਹਨਾਂ ਦਾ ਮੁਕਾਬਲਾ ਨਹੀਂ ਹੈ, ਬਹੁਤ ਵੱਡੇ ਬੰਦੇ ਆ। ਪਰ ਦੂਜੇ ਪਾਸੇ ਗੂਗਲ ਕਰੋ, ਰਾਣੇ ਦੇ ਕਪੜੇ ਨਿਕਲਣਗੇ, ਗੂਗਲ ਕਰੋ, ਸੱਜਣ ਸਿੰਘ ਚੀਮਾ ਦੇ ਨਿਕਲਣਗੇ ਕਿ ਇਹ ਇੰਡੀਆ ਦੇ ਅੱਜ ਤੱਕ ਦੇ 5 ਬੈਸਟ ਪਲੇਅਰਾਂ 'ਚ ਰਿਹਾ, ਇਹ 10 ਲੈਜੈਂਡਸ ਆਫ ਇੰਡੀਅਨ ਬਾਸਕਟਬਾਲ 'ਚ ਰਿਹਾ, ਮਹਾਰਾਜਾ ਰਣਜੀਤ ਸਿੰਘ, ਅਰਜਨਾ ਅਵਾਰਡ, ਇਹ ਕੁਛ ਨਿਕਲੇਗਾ, ਬੱਚਿਆਂ ਨੂੰ ਖੇਡਾਂ 'ਚ ਲੈ ਕੇ ਆਉਂਦਾ। ਬੜੀ ਬੜੀਆਂ ਵੱਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਪੈਦਾ ਕੀਤੀਆਂ ਨੇ, ਇਹ ਮੇਰਾ ਕੀ ਮੁਕਾਬਲਾ ਕਰ ਲੂਗਾ? ਦੇਖੋ, 4 ਦਿਨ ਪਹਿਲਾਂ ਅਸੀਂ ਡਿੰਡੀ ਤੋਂ ਜਿਹੜਾ ਕਪੂਰਥਲੇ ਨੂੰ ਰਾਹ ਜਾਂਦਾ ਉਹਦੀ ਬਹੁਤ ਮਾੜੀ ਹਾਲਤ ਸੀ, ਉਹਦੀ ਮੁਰੰਮਤ ਪੈਚਵਰਕ ਚਾਲੂ ਕੀਤਾ, ਸੰਗਤ ਨੇ ਰਲ ਕੇ ਕੰਮ ਚਾਲੂ ਕੀਤਾ ਤੇ ਜਦੋਂ ਪੱਥਰ ਪੈ ਗਏ ਉਹਦੇ ਤੋਂ ਬਾਅਦ ਸੱਜਣ ਸਿੰਘ ਚੀਮਾ ਨੇ ਆਪਦੀ ਸਰਕਾਰ ਦਾ ਜ਼ੋਰ ਵਿਖਾ ਕੇ ਤੇ ਕੱਲ ਕੰਮ ਬੰਦ ਕਰਾਇਆ ਤੇ ਅੱਜ ਸਾਰੀ ਸੰਗਤ ਜਿਨ੍ਹਾਂ ਨੇ ਇਹ ਸਾਰੀ ਸਮੱਗਰੀ ਇਕੱਠੀ ਕੀਤੀ ਆ, ਕਿਸੇ ਨੇ 500 ਪਾਇਆ, ਕਿਸੇ ਨੇ 5000 ਪਾਇਆ ਤੇ ਇਹ ਸੜਕ ਦਾ ਕੰਮ ਚਾਲੂ ਕੀਤਾ। ਬਹੁਤ ਵੱਡੀ ਸਮੱਸਿਆ ਸਾਰੇ ਇਲਾਕੇ ਦੀ ਆ, ਡਿੰਡੀ ਤੋਂ ਲੈ ਕੇ ਜਿਹੜੀ RCF ਤੱਕ ਪੈਚ ਆ, ਇਹਦੇ 'ਚ 2-2 ਫੁੱਟ, 2.5 ਫੁੱਟ ਦੇ ਖੱਡੇ ਆ, ਲੋਕਾਂ ਦੇ ਐਕਸੀਡੈਂਟ ਹੁੰਦੇ ਆ, ਰਾਤ ਨੂੰ ਲੋਕ ਦੱਸਦੇ ਨਹੀਂ, ਜਦੋਂ ਗੱਡੀ ਬਹੁਤ ਹੌਲੀ ਹੁੰਦੀ ਆ, ਕਿਸੇ ਨੂੰ ਲੁੱਟ ਖੋਹਾਂ ਵੀ ਹੋਈਆਂ। ਸੋ ਜਾਨ ਮਾਲ ਦਾ ਨੁਕਸਾਨ ਸਾਰੇ ਇਲਾਕੇ ਦਾ ਹੋ ਰਿਹਾ। ਕੋਈ ਮਰੀਜ਼ ਹੋਵੇ, ਕੋਈ ਪ੍ਰੈਗਨੈਂਟ ਲੇਡੀ ਹੋਵੇ, ਪ੍ਰੈਕਟੀਕਲੀ ਉਹ ਇਸ ਰਾਹ 'ਤੇ ਨਹੀਂ ਆ ਸਕਦੀ, ਇੰਨਾ ਮਾੜਾ ਹਾਲ ਹੈ। ਸੋ ਅੱਜ ਸਾਰੀ ਸੰਗਤ ਇਕੱਠੇ ਹੋ ਕੇ ਲੱਗੀ ਆ ਇਸ ਰਾਹ ਨੂੰ ਬਣਾਉਣ ਦੇ ਉੱਤੇ ਤੇ ਮਾਲਕ ਕਿਰਪਾ ਕਰਨੀ ਗੁਰੂ ਨਾਨਕ ਪਾਤਸ਼ਾਹ ਜਿਹੜੀ ਉਹਨਾਂ ਦੀ ਨਗਰੀ ਨੂੰ ਰਾਹ ਜਾਂਦਾ ਉਹ ਠੀਕ ਹੋਵੇ ਤੇ ਲੋਕ ਸਹੂਲਤ ਨਾ ਆ ਸਕਣ। ਦੇਖੋ, ਇੱਥੋਂ ਅਪਰੋਕਸੀਮੇਟਲੀ 10 ਕਿਲੋਮੀਟਰ ਏਰੀਆ ਬਣਦਾ, ਇਹ ਨੈਸ਼ਨਲ ਹਾਈਵੇ 'ਚ ਸੜਕ ਅਪਰੂਵ ਹੋਈ ਓ ਆ, 4 ਲੇਨਿੰਗ ਹੋਣੀ ਆ, ਪਰ ਉਹ ਟਾਈਮ ਡਿਲੇ ਹੋ ਗਈ, ਹੋ ਨਹੀਂ ਪਾਈ। ਸਰਕਾਰ ਦਾ ਫਰਜ਼ ਬਣਦਾ ਸੀ ਕਿ ਇਸ ਸੜਕ ਦੀ ਮੁਰੰਮਤ ਕਰਾਉਣੀ ਤਾਂ ਕਿ ਲੋਕ ਇਸ ਸੜਕ 'ਤੇ ਆ ਸਕਦੇ। ਸਰਕਾਰਾਂ ਨੂੰ ਬਹੁਤ ਮਿਹਨਤੀਆਂ ਕੀਤੀਆਂ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ ਸਾਡੇ ਇਲਾਕੇ ਦੀ। ਫਿਰ ਦੇਖੋ, ਇਸ ਚੀਜ਼ ਦਾ ਜਵਾਬ ਤਾਂ ਸਰਕਾਰ ਹੀ ਦੇ ਸਕਦੀ ਆ, ਜਿਨ੍ਹਾਂ ਨੇ ਟੈਂਡਰ ਲਾਏ ਨਹੀਂ ਲਾਏ, ਸਹੀ ਟਾਈਮ 'ਤੇ ਨਹੀਂ ਲਾਏ, ਉਸ ਤੋਂ ਬਾਅਦ ਚੋਣ ਜ਼ਾਬਤਾ ਲੱਗ ਗਈ, ਹੁਣ ਅਜੇ ਚੋਣ ਜ਼ਾਬਤਾ 45 ਦਿਨ ਚੱਲਣਾ, ਅਤੇ ਕੀ 45 ਦਿਨ ਲੋਕ ਆਪਦੀ ਲਾਈਫ ਜੀ ਜਾਨ ਰਿਸਕ 'ਤੇ ਲਾ ਕੇ ਥੋੜ੍ਹੋ ਰਹਿਣਗੇ? ਅਸੀਂ ਲੋਕ ਮਾਰਨੇ ਨਹੀਂ, ਅਤੇ ਮੇਰਾ ਬਤੌਰ ਸਾਰੇ ਇਲਾਕੇ ਨੇ ਇਹ ਜ਼ਿੰਮੇਵਾਰੀ ਚੱਕੀ ਆ ਅਤੇ ਇਲਾਕਾ ਇਕੱਠੇ ਹੋ ਕੇ ਇਸ ਜ਼ਿੰਮੇਵਾਰੀ ਨੂੰ ਪੂਰਾ ਕਰ ਰਿਹਾ। ਉਹ ਵੀਰ, ਮੇਰੇ 'ਤੇ ਤਾਂ ਐਕਸ਼ਨ ਪਹਿਲਾਂ ਬੰਨਾ ਵਾਲੇ ਵੀ ਹੋਏ ਸੀ, ਉਹਦੀ ਵੀ ਕੋਈ ਪਰਵਾਹ ਨਹੀਂ। ਜਿੱਥੇ ਜਿੱਥੇ ਇਲਾਕੇ ਨੂੰ ਲੋੜ ਪਊਗੀ ਉੱਥੇ ਉੱਥੇ ਆਪਣੇ ਇਲਾਕੇ ਦੇ ਨਾਲ ਡਟ ਕੇ ਖੜਾ ਹੋਊਂਗਾ। ਅਤੇ ਮੈਂ ਇੱਕ ਪ੍ਰੈਕਟੀਕਲੀ ਹੋਰ ਗੱਲ ਦੱਸ ਦਿਆਂ, ਧੱਕਾ ਜਿੰਨਾ ਮਰਜ਼ੀ ਕਰ ਲਵੇ ਸਰਕਾਰ, ਮੈਂ ਆਉਣਾ ਨਹੀਂ ਸੀ ਇੱਥੇ,
ਪਰ 2 ਦਿਨ ਤੋਂ ਜਿਹੜੇ ਲੋਕ ਕੰਮ ਕਰ ਰਹੇ ਸੀ ਉਹਨਾਂ ਨੂੰ ਭਜਾਇਆ ਗਿਆ ਤੇ ਫਿਰ ਸੰਗਤ ਆ ਕੇ ਅੱਜ ਖੜੀ ਹੋ ਗਈ ਕੰਮ ਕਰਾਉਣ ਦੀ। ਜਿੱਥੇ ਤੀ ਧੱਕੇ ਦੀ ਗੱਲ ਹੈ, ਨਾ ਰਾਣਾ ਪਹਿਲਾਂ ਕਦੇ ਡਰਿਆ, ਆਪਦੇ ਇਲਾਕੇ ਨਾਲ ਡਟ ਕੇ ਖੜਾ ਹੋਊਗਾ। ਸੱਜਣ ਸਿੰਘ ਚੀਮਾ ਜੋ ਕੰਮ ਧੱਕੇ ਕਰਾਉਣ ਦੀ ਕੋਸ਼ਿਸ਼ ਕਰ ਰਿਹਾ, ਇਹਦੀਆਂ ਅੱਖਾਂ ਪਾਟੀਆਂ ਉਹਨਾਂ ਨਹੀਂ ਸੁਲਤਾਨਪੁਰ ਨੂੰ ਦੀਦਾ ਨਹੀਂ ਵੀ ਰਾਹ ਖਰਾਬ ਆ। ਬੰਨ ਵੇਲੇ ਤਾਂ ਰਾਣੇ ਦੇ ਪਰਚਾ ਕਰਦੇ ਹੋ, ਬੰਨ ਵੱਢਣ ਨਹੀਂ ਦੇਣਾ। ਅੱਜ ਸੜਕ ਬਣਾਉਣ ਲੱਗੇ ਆ ਤਾਂ ਸੜਕ ਨਹੀਂ ਬੰਨ ਦੇਣੀ। ਇਲਾਕੇ ਦੇ ਲੋਕਾਂ ਦੀ ਮੰਗ ਹੈ, ਜਿੱਥੇ ਦੀ ਚੋਣ ਜ਼ਾਬਤੇ ਦੀ ਗੱਲ ਹੈ। ਵੀਰ ਮੈਂ ਇੱਕ ਗੱਲ ਦੱਸਣੀ ਚਾਹੁੰਦਾ, ਇਹ ਸੜਕ ਕਿਸੇ ਸਰਕਾਰੀ ਖਜ਼ਾਨੇ 'ਚੋਂ ਨਹੀਂ ਬਣ ਰਹੀ, ਨਾ ਸਰਕਾਰ ਦਾ ਰੁਪਈਆ ਲੱਗ ਰਿਹਾ। ਸੰਗਤ ਇਕੱਠੇ ਹੋ ਕੇ ਆਪਦੇ ਪੈਸੇ ਇਕੱਠੇ ਕਰਕੇ, ਇਹ ਆਪਣੀ ਮਿਹਨਤ ਦੀ ਕਮਾਈ ਇਕੱਠੀ ਕਰਕੇ, ਹਰੇਕ ਜ਼ਿਮੀਦਾਰ ਨੇ ਕਣਕ ਦੇ ਕਿੱਲੇ 'ਚੋਂ ਕਿਸੇ ਨੇ 500 ਰੁਪਈਆ ਪਾਇਆ, ਕਿਸੇ ਨੇ 1000 ਪਾਇਆ, ਕਿਸੇ ਨੇ 200 ਪਾਇਆ, ਉਹ ਇਕੱਠੇ ਕਰਕੇ ਇਹ ਸੜਕ ਬਣਾਈ ਜਾ ਰਹੀ ਆ। ਅਤੇ ਇਹਦੇ 'ਤੇ ਚੋਣ ਜ਼ਾਬਤਾ ਨਹੀਂ ਲੱਗਦੀ, ਕਿਉਂਕਿ ਨਾ ਤਾਂ ਇਹਨਾਂ 'ਚੋਂ ਬਣਾਉਣ ਵਾਲਿਆਂ 'ਚੋਂ ਕੋਈ ਪੋਲੀਟੀਕਲ ਪਾਰਟੀ ਆ ਅਤੇ ਨਾ ਹੀ ਕੋਈ ਕੈਂਡੀਡੇਟ ਹੈ ਇਹਨਾਂ 'ਚੋਂ ਕੋਈ ਖੜ੍ਹਾ। ਇਹ ਆਪਦੀ ਲੋੜ ਦੇ ਲਈ, ਆਪਦੇ ਇਲਾਕੇ ਦੀ ਲੋੜ ਲਈ, ਆਪਦੇ ਬੱਚਿਆਂ ਨੂੰ, ਪਰਿਵਾਰਾਂ ਨੂੰ ਬਚਾਉਣ ਵਾਸਤੇ ਇਹ ਸੜਕ ਬਣਾਈ ਜਾ ਰਹੀ। ਵਿਰੋਧੀ ਪਾਰਟੀਆਂ ਨੂੰ ਚਾਹੀਦਾ ਨਹੀਂ ਵਿਰੋਧ ਕਰਨਾ, ਉਹਨਾਂ ਦਾ ਕੰਮ 2.5 ਸਾਲਾਂ 'ਚ ਲੋਕਾਂ ਦੇ ਕੰਮ ਕਾਰ ਕਰਨ ਦਾ। ਇਹ ਖੱਡੇ ਉਹਨਾਂ ਨੂੰ ਵੀ ਦਿੱਤੇ ਸੀ ਸੱਜਣ ਸਿੰਘ ਚੀਮੇ ਨੂੰ, ਪਰ ਉਹਨੇ ਕਦੇ ਵਿਚਾਰ ਹੀ ਨਹੀਂ ਕੀਤਾ, ਸੋਚਿਆ ਹੀ ਨਹੀਂ ਇਹਦੇ ਬਾਰੇ। ਅਤੇ ਵਿਰੋਧ ਨਹੀਂ ਕਰਨਾ ਚਾਹੀਦਾ, ਇਹ ਵਿਰੋਧ ਜੇ ਕਰਨਗੇ ਤਾਂ ਲੋਕਾਂ ਦਾ ਵਿਰੋਧ ਆ। ਅਤੇ ਜੇ ਕੋਈ ਪੋਲੀਟੀਕਲ ਪਾਰਟੀ, ਪੋਲੀਟੀਕਲ ਬੰਦਾ ਲੋਕਾਂ ਦਾ ਵਿਰੋਧ ਕਰੇ ਤਾਂ ਇਹਦੇ ਤੋਂ ਮਾੜੀ ਗੱਲ ਕੋਈ ਨਹੀਂ। ਲੋਕ ਆਪਣਾ ਜਵਾਬ ਸਹੀ ਟਾਈਮ 'ਤੇ ਆਉਣ 'ਤੇ ਦੇਣਗੇ, ਪਹਿਲਾਂ ਹੀ ਦੇ ਚੁੱਕੇ ਇਹਨੂੰ।